सतगुरों का सोहना दरबार सजे है, कीमती छामियां ने लगे ने चंदोए ताने ने हजारां संगतां हजूरी विच बैठियां इस तरह दर्शन कर दियां ने, जिस तरह करोड़ां चकोरां चंद्रमा वल देख दियां ने, गर्दन भावें मुड़क जावे दीदार करनों नहीं हटदियां। सतगुरों का चेहरा मानो चंद्रमा वत, वैसे चंद्रमा का दृष्टांत सोभदा तां नहीं, क्योंकि चंद्रमा विच तां बड़े औगण हन, कलंक भी है, पर गुरु विच कलंक कोई नहीं। ने कलंक बजी डंक चढ़ू दल रविंद जियो, नेह कलंकी सरूपे। वो तो वधदा व घटदा भी है, गुरु ना वाध है ना घाट है, ना वाध घाट होता है एक रस। पर हुण दुनियावी गल करन वास्ते कोई दृष्टांत तां दुनियावी देना पवेगा ना समझाउण वास्ते। वैसे ये तो फिर भट्टा ने गल ही मुका दित्ती ना, क्योंकि महाराज का वचन है, जैसा तू तैसा तू ही क्या उपमा दीजै। यह वचन भट्ट लिखते रहन, तेरी उपमा तो हे बन आवे, उपमा तो हे बन आवे, तेरी तेरी उपमा। गुरु
ਦੀ ਉਪਮਾ ਗੁਰੂ ਮਹਾਰਾਜ ਨੂੰ ਹੀ ਬਣ ਆਉਂਦੀ ਹੈ। ਖੈਰ ਫਿਰ ਵੀ ਦਿਸ਼ਟਾਂਤ ਤਾਂ ਅਕਸਰ ਭਾਈ ਸਾਹਿਬ ਗੁਰਦਾਸ ਜੀ ਨੇ ਵੀ ਦਿੱਤਾ ਨਾ, ਚੰਦ ਚਕੋਰ ਪ੍ਰੀਤ ਹੈ ਲਾਇ ਤਾਰ ਨਿਹਾਲੇ, ਅਤੇ ਭਗਤ ਰਵਿਦਾਸ ਜੀ ਦਾ ਵੀ ਵਚਨ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ। ਮਾਨੋ ਗੁਰੂ ਮਹਾਰਾਜ ਦਾ ਚਿਹਰਾ ਚੰਦਰਮਾ ਵੱਤ ਸੰਗਤਾਂ ਚਕੋਰਾਂ ਦੀ ਤਰ੍ਹਾਂ ਦਰਸ਼ਨ ਕਰਕੇ ਮਾਨੋ ਨੇਤਰਾਂ ਦੁਆਰਾ ਅੰਮ੍ਰਿਤ ਪੀ ਰਹੀਆਂ ਹਨ। ਕੁਛ ਪ੍ਰੇਮੀਆਂ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਆਪ ਦੇ ਦਰਸ਼ਨ ਆਪ ਦੇ ਬਚਨਾਂ ਦੁਆਰਾ ਗੁਰਬਾਣੀ ਪੜ੍ਹਨ ਤੋਂ ਇੱਕ ਗੱਲ ਪੂਰੀ ਸਮਝ ਆ ਚੁੱਕੀ ਹੈ ਵੀ ਮਨੁੱਖਾਂ ਦੇ ਬੜੀ ਦੁਰਲੱਭ ਵਸਤੂ ਹੈ। ਦੁਰਲੱਭ ਦੇ ਪਾਈ ਵੱਡ ਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪਾ ਕੇ ਭੋਏਂਗੇ ਰਹਿ ਬਹੁਰ ਨ ਲਾਗੈ ਡਾਰ। ਬੜੇ ਸਮੇਂ ਤੋਂ ਬਾਅਦ ਇਹ ਮਨੁੱਖਾਂ ਦੇ ਪ੍ਰਾਪਤ ਹੋਈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਪੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਏ ਦੇਹ ਸੰਜਰੀਆ। ਚਿਰੰਕਾਲ ਬੜੇ ਸਮੇਂ ਤੋਂ ਬਾਅਦ, 1,84,00,000 ਜੂਨਾਂ ਦੇ ਚੱਕਰ ਤੋਂ ਬਾਅਦ ਇਹ ਮਨੁੱਖਾਂ ਦੇ ਹੱਥ ਆਈ ਹੈ। ਮਹਾਰਾਜ ਜੀ ਕਿਰਪਾ ਕਰੋ, ਐਸੇ ਜਨਮ ਦੇ ਵਿੱਚ ਇਹ ਜਨਮ ਦੀ ਬਾਜ਼ੀ ਜਿੱਤ ਕੇ ਜਾਈਏ, ਕਿਉਂਕਿ ਦੁਨੀਆ ਤਾਂ ਹਾਰ ਕੇ ਜਾਂਦੀ ਹੈ ਨਾ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜ਼ੀ ਹਾਰੀ। ਪਦਾਰਥ ਦੁੱਖ ਰੂਪ ਨਹੀਂ ਹਨ ਜੇ ਨਾਮ ਹੋਵੇ ਨਾਲ ਤਾਂ, ਕਿ ਜੇ ਨਾਮ ਨਹੀਂ ਫਿਰ ਤਾਂ ਦੁੱਖ ਹੀ ਦੁੱਖ ਹੈ। ਉੱਚੇ ਮੰਦਰ, ਸੋਹਣੇ ਮਹਿਲ ਹੋਣ, ਸੋਹਣੇ ਘਰ ਦੇ ਹੋਣ, ਸੋਹਣੀਆਂ ਇਸਤਰੀਆਂ, ਸਭ ਕੁਛ ਹੋਵੇ, ਪਰ ਜੇ ਨਾਮ ਨਹੀਂ ਤਾਂ ਸਭ ਕੁਛ ਬਰਬਾਦ ਕਰਨ ਵਾਲਾ ਹੀ ਹੈ, ਕੁਛ ਵੀ ਨਹੀਂ ਫਿਰ ਪੱਲੇ ਪੈਣਾ। ਐਵੇਂ ਜਨਮ ਬਰਬਾਦ ਕਰਕੇ ਤੁਰ ਜਾਏਗਾ ਕਹੋ ਕਬੀਰ ਕਿਛ ਗੁਣ ਵਿਚਾਰ, ਚਲੇ ਜੁਹਾਰੀ ਦੋਏ ਹੱਥ ਝਾਰ। ਪਰ ਜੇ ਕਿਤੇ ਨਾਮ ਨਾਲ ਹੈ ਫਿਰ ਇਹ ਪਦਾਰਥ ਦੁੱਖ ਰੂਪ ਨਹੀਂ, ਫਿਰ ਇਹ ਪਦਾਰਥ ਤੈਨੂੰ ਦੁੱਖ ਨਹੀਂ ਦੇਣਗੇ, ਕਿਉਂਕਿ ਫਿਰ ਤਾਂ ਤੈਨੂੰ ਜੁਗਤੀ ਮਿਲ ਗਈ ਨਾ ਗੁਰੂ ਨਾਨਕ ਤੋਂ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਲੈਂਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਸੋ ਜੇ ਨਹੀਂ ਤਾਂ ਫਿਰ ਜ਼ਰੂਰ ਇਹ ਦੁੱਖ ਰੂਪ ਹਨ। ਰਾਮ ਨਾਮ ਬਿਨ ਬਾਜੀ ਹਾਰੀ, ਹਾਰ ਕੇ ਜਾ ਰਹੇ ਨੇ ਮਹਾਰਾਜ ਜੀ, ਪਰ ਆਪ ਕਿਰਪਾ ਕਰੋ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ। ਮਹਾਰਾਜ ਜਨਮ ਪਦਾਰਥ ਨੂੰ ਜਿੱਤ ਕੇ ਜਾਣਾ ਹੈ। ਅਤੇ ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ ਹੈ, ਕਿਰਪਾ ਦ੍ਰਿਸ਼ਟੀ ਕਰਕੇ ਸੱਚੇ ਪਾਤਸ਼ਾਹ ਨੇ ਗੌੜੀ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ। ਗੌੜੀ ਮਹੱਲਾ ਚੌਥਾ, ਗੁਰ ਸਤਿਗੁਰ ਕਾਜੋ ਸਿੱਖ ਅਖਾਏ। ਅਖਾਉਂਦੇ ਸਾਰੇ ਹੀ ਆਪਾਂ, ਜਿਹਨੂੰ ਮਰਜ਼ੀ ਪਿੱਛੋਂ ਇਹੀ ਕਹੇਗਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਗੁਰੂ ਗੋਬਿੰਦ ਕਲਗੀਧਰ ਪਾਤਸ਼ਾਹ ਦਾ ਸਿੰਘ ਹਾਂ। ਪਰ ਅਗਲਾ ਵਚਨ ਉਹ 'ਤੇ ਕੋਈ ਕੋਈ ਪਹਿਰਾ ਦਿੰਦਾ ਹੈ, ਕੋਈ ਸਤਿਗੁਰ ਕਾ ਜੋ ਸਿੱਖ ਅਖਾਏ ਤੋਂ ਭਲ ਕੇ ਉੱਠਰ ਨਾਮ ਧਿਆਵੈ। ਭਲ ਕੇ ਕੀ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦੁਆਰ। ਚੌਥੇ ਪਹਿਰ ਸੁਭਾ ਕਹਿ, ਚੌਥਾ ਪਹਿਰ ਅੰਮ੍ਰਿਤ ਵੇਲੇ 3 ਵਜੇ, ਪਹਿਲਾ ਪਹਿਰ ਰਾਤ ਦਾ ਸ਼ਾਮ ਨੂੰ 6 ਤੋਂ 9 ਵਜੇ ਤੱਕ, ਦੂਸਰਾ ਪਹਿਰ 9 ਤੋਂ 12 ਵਜੇ ਤੱਕ, ਤੀਸਰਾ ਪਹਿਰ 12 ਤੋਂ 3 ਵਜੇ ਤੱਕ, ਔਰ 3 ਤੋਂ 6 ਵਜੇ ਤੱਕ ਇਹ ਚੌਥਾ ਪਹਿਰ ਹੈ ਅੰਮ੍ਰਿਤ ਵੇਲਾ। ਚੌਥੇ ਪਹਿਰ ਸੁਬਹ ਕਹਿ, ਸੁਰਤੀਆਂ ਉਪਜੈ ਚਾਓ।